ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਜਿੱਥੇ ਵਿਰੋਧੀਆਂ ਵੱਲੋਂ ਝੂਠਾ ਤੇ ਕਾਗਜ਼ੀ ਕਰਾਰ ਦਿੱਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨਪ੍ਰੀਤ ਬਾਦਲ ਦੀ ਤਾਰੀਫ ਕਰਦਿਆਂ ਇਸ ਬਜਟ ਨੂੰ ਚੰਗਾ ਕਰਾਰ ਦਿੱਤਾ। ਇਸ ਦੌਰਾਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਕਆਊਟ ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਦੋਵਾਂ ਪਾਰਟੀਆਂ ਤੋਂ ਇਹੀ ਉਮੀਦ ਸੀ। करना ही है, क्या समझते थे आपके बैठेंगे? मुझे तो हैरानी इस बात की है कि वो काला चोगा नहीं पहना, उन्होंने पहनना चाहिए था, बड़ा अच्छा लगता है। किस तरह से देखते हैं पूरे बजट को आप? बजट को किस तरह से देखते हैं? वेल, इट्स बेस्ट दैट द फाइनेंस मिनिस्टर कुड डू अंडर द रिसोर्सेज। बड़ी पॉजिटिव तरीके से उन्होंने पेश किया है, जो जो काम उन्होंने बताए हैं आपके पास इंफॉर्मेशन होगी, बट अंडर द सर्कमस्टेंसेस इट्स अ वेरी गुड बजट। ਪੰਜਾਬ ਦੇ ਆਡਿਟ ਵਿਭਾਗ ਵੱਲੋਂ ਪੇਸ਼ ਕੀਤੀ ਰਿਪੋਰਟ 'ਚ ਨਸ਼ੇ ਖਿਲਾਫ ਲੜਨ ਲਈ ਪੰਜਾਬ ਪੁਲਿਸ ਦੀ ਤਿਆਰੀ 'ਚ ਘਾਟ ਦੱਸੇ ਜਾਣ ਤੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ ਰਿਪੋਰਟ ਪੁਰਾਣੇ ਤੱਥਾਂ ਦੇ ਆਧਾਰ ਤੇ ਹੈ, ਜਦਕਿ ਪੰਜਾਬ ਪੁਲਿਸ ਕੋਲ ਨਸ਼ੇ ਖਿਲਾਫ ਲੜਨ ਲਈ ਹਰ ਸਹੂਲਤ ਮੌਜੂਦ ਹੈ। ਬਿਊਰੋ ਰਿਪੋਰਟ।